ਦੂਜੇ ਲੋਅ ਵਿੱਚ ਚੱਲਦਾ ਹੈ ਜੀ ਟਰੈਕਟਰ 1800 RPM 'ਤੇ। ਇੱਧਰ ਵੀ ਚਲਾ ਕੇ ਦਿਖਾਵਾਂਗੇ ਘਾਹ ਵਿੱਚ। ਆਹ ਹੁਣ ਆਪਾਂ ਚਲਾਉਣ ਲੱਗੇ ਹਾਂ ਘਾਹ ਵਿੱਚ। ਪਹਿਲਾ ਫੇਰਾ ਮਾਰਿਆ ਸੀ ਆਪਾਂ, ਪਹਿਲੇ ਲੋਅ 'ਚ ਮਾਰਿਆ ਸੀ, ਹੁਣ ਦੂਜੇ ਲੋਅ ਵਿੱਚ ਮਾਰਦੇ ਹਾਂ ਦੂਜਾ ਫੇਰਾ। ਅਤੇ ਇਹਦੇ ਕੀ ਫਰਕ ਆ ਦੋਨਾਂ ਵਿੱਚ? ਵਧੀਆ ਰਿਜ਼ਲਟ ਦਿੰਦਾ ਹੈ ਪਰ ਥੋੜ੍ਹਾ ਚੱਕਰ ਤੋੜਦਾ ਥੋੜ੍ਹੇ ਜਿਹੇ।